ਸੰਗਤ ਜੀ ਸਭ ਤੋਂ ਪਹਿਲਾਂ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇਸ ਘਟਨਾ ਬਾਰੇ ਤੁਸੀਂ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਅੱਜ ਦਾ ਇਨਸਾਨ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਸਮਝਦਾ ਹੈ ਅਤੇ ਆਪਣੀ ਸੋਚ ਨੂੰ ਹੀ ਸਹੀ ਮੰਨਣਾ ਚਾਹੁੰਦਾ ਹੈ। ਅੱਜ ਦੇ ਸਮੇਂ ਵਿੱਚ ਧਰਮ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਹੈ। ਬੰਦਾ ਆਪਸ ਦੇ ਵਿੱਚ ਹੀ ਲੜ ਲੜ ਕੇ ਮਰ ਰਿਹਾ ਹੈ। ਅੱਜ ਬੰਦਾ ਆਪਣੇ ਆਪ ਨੂੰ ਐਡਵਾਂਸ, ਮਾਡਰਨ ਕਹਿ ਲਵੇ ਪਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਆ ਕੇ ਹਾਲਾਤਾਂ ਅੱਗੇ ਝੁਕਣਾ ਹੀ ਪੈਂਦਾ ਹੈ। ਜਿਵੇਂ ਬਹੁਤ ਲੋਕ ਸਾਡੀਆਂ ਵੀਡੀਓਜ਼ ਉੱਤੇ ਹੀ ਆ ਕੇ ਸੰਤਾਂ ਮਹਾਪੁਰਸ਼ਾਂ ਨੂੰ ਅੱਜ ਦੇ ਸਮੇ ਦੇ ਬਾਬਿਆਂ ਦੇ ਨਾਲ ਜੋੜ ਕੇ ਗਾਲਾਂ ਕੱਢਦੇ ਨੇ ਪਰ ਜਦੋਂ ਉਹੀ ਬੰਦਿਆਂ ਦਾ ਅਸਲ ਜੀਵਨ ਦੇਖਿਆ ਜਾਵੇ ਤੇ ਉਹ ਆਪ ਹੀ ਪਖੰਡੀ ਬਾਬਿਆਂ ਦੇ ਚੇਲੇ ਨਿਕਲਦੇ ਹਨ ਅਜਿਹੀ ਇੱਕ ਘਟਨਾ ਪੰਚਕੋਲਾ ਦੇ ਵਿੱਚ ਹੋਈ ਜਦੋਂ ਇੱਕ ਕੈਂਦਾ ਕਹੋਂਦਾ ਪਰਿਵਾਰ ਇੱਕ ਜਿੰਨ ਦੇ ਗੇੜ ਦੇ ਵਿੱਚ ਫਸ ਗਿਆ ਅਤੇ ਜੋ ਹਾਲ ਉਸ ਜਿੰਨ ਨੇ ਉਸ ਪਰਿਵਾਰ ਦਾ ਕੀਤਾ ਦੇਖਣ ਵਾਲਿਆਂ ਦੀ ਰੂਹ ਕੰਬ ਉਠੇਗੀ ਸਿਮਰਨਜੀਤ ਸਿੰਘ ਅਰੋੜਾ ਚੰਡੀਗੜ੍ਹ ਦੇ ਵਿੱਚ ਆਪਣੇ ਕੱਪੜਿਆਂ ਦਾ ਸ਼ੋਅਰੂਮ ਖਾਨਦਾਨੀ ਪਰਿਵਾਰ ਇੰਜ ਕਹਿ ਸਕਦੇ ਹੋ ਕਿ ਮੌਜੂਦਾ ਪੀੜ੍ਹੀ ਨੇ ਕਦੇ ਗਰੀਬੀ ਸ਼ਬਦ ਨਹੀਂ ਸੁਣਿਆ ਹੋਣਾ ਸਿੱਖ ਪਰਿਵਾਰ ਹੈ ਤੇ ਕਿਸੇ ਵੀ ਸੰਤ ਬਾਬਿਆਂ ਦੀ ਸੰਗਤ ਨਹੀਂ ਕਰਦੇ ਲੋਕਾਂ ਨੂੰ ਵੀ ਇਨਾ ਪਖੰਡਾ ਤੋਂ ਦੂਰ ਰਹਿਣ ਵਾਸਤੇ ਕਹਿੰਦੇ ਨੇ ਸਿਮਰਨਜੀਤ ਦੇ ਦੋ ਪੁੱਤਰ ਹਨ ਤੇ ਇੱਕ ਲੜਕੀ ਹੈ ਵੱਡਾ ਮੁੰਡਾ 30 ਸਾਲਾਂ ਦਾ ਹੈ ਤੇ ਆਪਣੇ ਪਿਤਾ ਸਿਮਰਨਜੀਤ ਸਿੰਘ ਦੇ ਨਾਲ ਦੁਕਾਨ ਦੇ ਉੱਤੇ ਹੀ ਬੈਠਦਾ ਹੈ ਸਿਮਰਨਜੀਤ ਸਿੰਘ ਨੇ ਸਾਡੀ ਹੀ ਵੀਡੀਓ ਦੇਖ ਕੇ ਸਾਡੇ ਨਾਲ ਸੰਪਰਕ ਕਰਕੇ ਆਪਣੀ ਜ਼ਿੰਦਗੀ ਦੀ داستان ਸਾਂਝੀ ਕੀਤੀ ਸਿਮਰਨਜੀਤ ਸਿੰਘ ਕਹਿੰਦੇ ਨੇ ਕਿ ਸਾਡੇ ਮੇਰੇ ਪਿਓ ਦਾਦਿਆਂ ਦੀ ਕਾਫੀ ਜ਼ਮੀਨ ਜਾਇਦਾਦ ਬਣਾਈ ਸੀ ਅਤੇ ਆਪਾਂ ਬਣੀ ਬਣਾਈ ਦੁਕਾਨਾਂ ਦੇ ਉੱਤੇ ਹੀ ਆ ਬੈਠੇ ਸਾਡਾ ਚੰਡੀਗੜ੍ਹ ਤੋਂ ਹੋਰ ਇਲਾਕਿਆਂ ਦੇ ਵਿੱਚ ਪੰਜ ਸ਼ੋਅਰੂਮ ਹਨ ਅਤੇ ਹੋਰ ਵੀ ਕਾਫੀ ਜ਼ਮੀਨ ਹੈ ਸਾਰੀ ਜਾਇਦਾਦ ਦਾ ਮਾਲਕ ਮੈਂ ਹੀ ਹਾਂ ਮੈਂ ਆਪਣੇ ਕੰਮ ਵਧਾਉਣਾ ਅਤੇ ਮੇਰੇ ਘਰ ਦੇ ਵਿੱਚ ਦੋ ਲੜਕੇ ਅਤੇ ਇੱਕ ਲੜਕੀ ਜੰਮੀ ਬੱਚਿਆਂ ਨੂੰ ਹਰ ਸੁੱਖ ਸੋਲਤ ਦਿੱਤੀ ਮੇਰਾ ਵੱਡਾ ਮੁੰਡਾ ਗੁਰਸਿਮਰਨ ਸਿੰਘ ਮੇਰੇ ਨਾਲ ਹੀ ਕਾਰੋਬਾਰ ਦੇਖਦਾ ਹੈ ਅਤੇ ਮੇਰੀ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ ਕੁਝ ਮਹੀਨੇ ਪਹਿਲਾਂ ਹੀ ਸਾਡੇ ਛੋਟੇ ਲੜਕੇ ਸਹਿਜ ਦੀਆਂ ਅੱਖਾਂ ਦੇ ਵਿੱਚ ਕੁਝ ਬਦਲਾਅ ਨਜ਼ਰ ਆਇਆ ਪਹਿਲਾਂ ਅੱਖਾਂ ਲਾਲ ਸਨ ਅਤੇ ਫਿਰ ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣੇ ਸ਼ੁਰੂ ਹੋ ਗਏ ਉਸਦੇ ਬਰਤਾਲ ਵਿੱਚ ਵੀ ਹੌਲੀ-ਹੌਲੀ ਫਰਕ ਆਇਆ ਪਹਿਲਾਂ ਪੈਲ ਤਾਂ ਆਪਾਂ ਇਗਨੋਰ ਕੀਤਾ ਤੇ ਮੈਂ ਕਾਰੋਬਾਰ ਦੇ ਵਿੱਚ ਹੀ ਬਿਜ਼ੀ ਰਹਾ ਪਰ ਮੇਰੀ ਪਤਨੀ ਨੂੰ ਕੁਝ ਅਜੀਬ ਜਿਹਾ ਲੱਗਿਆ ਅਤੇ ਕੁਝ ਸਮੇਂ ਤੋਂ ਉਸਦੇ ਖਰਚੇ ਵਧਦੇ ਜਾ ਰਹੇ ਸੀ ਪਰ ਸਾਨੂੰ ਫਿਰ ਵੀ ਕੁਝ ਗਲਤੀ ਦਾ ਅਹਿਸਾਸ ਨਹੀਂ ਹੋਇਆ ਫਿਰ ਇੱਕ ਦਿਨ ਅੱਧੀ ਰਾਤ ਦੇ ਸਮੇਂ ਉਸਦੇ ਕਮਰੇ ਦੇ ਵਿੱਚੋਂ ਚੀਕ ਖਣਦੀਆਂ ਆਵਾਜ਼ਾਂ ਆਉਣ ਲੱਗੀਆਂ ਆਪਾਂ ਜਲਦੀ ਦੇ ਨਾਲ ਉੱਠ ਕੇ ਦੇਖਿਆ ਤੇ ਉਸਦੇ ਕਮਰੇ ਦੇ ਵਿੱਚ ਦਰਵਾਜ਼ੇ ਅੰਦਰੋਂ ਬੰਦ ਸੀ ਆਪਾਂ ਹਾਲਾਤ ਦੇਖਦੇ ਹੋਏ ਦਰਵਾਜ਼ਾ ਤੋੜਿਆ ਤੇ ਅੰਦਰ ਦਾ ਨਜ਼ਾਰਾ ਦੇਖ ਕੇ ਸਾਡੇ ਹੋਸ਼ ਉੱਡ ਗਏ ਕਮਰੇ ਦੇ ਵਿੱਚ ਸਮਾਨ ਖਿਲਰਿਆ ਪਿਆ ਸੀ ਤੇ ਮੇਰਾ ਲੜਕਾ ਸਹਜ ਖੂਨ ਦੇ ਨਾਲ ਭਿੱਜਿਆ ਪਿਆ ਸੀ ਆਪਾਂ ਡਰ ਗਏ ਤੇ ਡਾਕਟਰ ਦੇ ਕੋਲ ਲੈ ਗਏ ਸਾਡਾ ਲੜਕਾ ਸ਼ਾਂਤ ਨਹੀਂ ਹੋ ਰਿਹਾ ਸੀ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਦੋ-ਦੋ ਆਵਾਜ਼ਾਂ ਦੇ ਵਿੱਚ ਬੋਲ ਰਿਹਾ ਸੀ ਅਤੇ ਇੱਕ ਅਰਬੀ ਲਿਹਾਜ਼ੇ ਦੇ ਵਿੱਚ ਗੱਲ ਕਰ ਰਿਹਾ ਸੀ ਜੋ ਕਿ ਸਭ ਤੋਂ ਡਰਾਉਣ ਵਾਲੀ ਗੱਲ ਸੀ ਡਾਕਟਰ ਨੇ ਉਸ ਨੂੰ ਸ਼ਾਂਤ ਕਰਨ ਵਾਸਤੇ बेहोਸ਼ੀ ਦਾ ਟੀਕਾ ਲਗਾ ਦਿੱਤਾ ਉਸ ਵੇਲੇ ਤਾਂ ਉਹ ਸ਼ਾਂਤ ਹੋ ਗਿਆ ਪਰ ਇੰਜ ਨੇਤੀ ਹੀ ਹੋਣ ਲੱਗਿਆ ਦਿਮਾਗ ਦੇ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਿਆ ਉਹ ਨਸ਼ੇ ਕਰਦਾ ਸੀ ਇਲਾਜ ਕਰਵਾਉਂਦੇ ਰਹੇ ਪਰ ਕੋਈ ਵੀ ਅਸਰ ਨਾ ਹੋਇਆ ਤੇ ਫਿਰ ਕਿਸੇ ਨੇ ਦੱਸਿਆ ਕਿ ਲੁਧਿਆਣੇ ਦੇ ਕੋਲ ਕੋਈ ਤਾੰਤ੍ਰਿਕ ਹੈ ਜੋ ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਗਾਰੰਟੀ ਦੇ ਨਾਲ ਕਰਦਾ ਹੈ ਮੇਰੀ ਪਤਨੀ ਦੇ ਜ਼ੋਰ ਪਾਉਣ ਤੇ ਆਪਾਂ ਉੱਥੇ ਚਲੇ ਗਏ ਜੋ ਤੋ ਆਪਾਂ ਬਾਬੇ ਦੇ ਕੋਲ ਪਹੁੰਚੇ ਤਾਂ ਤੰਤ੍ਰਿਕ ਬਾਬੇ ਨੇ ਆਪਣਾ ਪਾਠ ਸ਼ੁਰੂ ਕਰ ਦਿੱਤਾ ਅਸਲ ਦੇ ਵਿੱਚ ਗੱਲ ਇਹ ਸੀ ਕਿ ਮੇਰਾ ਲੜਕਾ ਸਿਰਫ ਨਸ਼ੇ ਕਰਦਾ ਸੀ ਪਰ ਬਾਬੇ ਨੇ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਇਸ ਦੇ ਅੰਦਰ ਕੋਈ ਜਿੰਨ ਹੈ ਤੇ ਉਹ ਨਸ਼ਾ ਮੰਗਦਾ ਹੈ ਤੁਹਾਡਾ ਮੁੰਡਾ ਬਿਲਕੁਲ ਸ਼ਰੀਫ ਹੈ ਅਤੇ ਉਹ ਜਿੰਨ ਹੀ ਦੋ ਦੋ ਆਵਾਜ਼ਾਂ ਦੇ ਵਿੱਚ ਅਰਬੀ ਦੇ ਵਿੱਚ ਗੱਲ ਕਰਦਾ ਹੈ ਬਾਬੇ ਨੂੰ ਉਸ ਨੂੰ ਪਤਾ ਨਹੀਂ ਕੀ ਕੀਤਾ ਕਿ ਮੇਰਾ ਲੜਕਾ ਉਸ ਸਮੇਂ ਦੋ ਆਵਾਜ਼ਾਂ ਦੇ ਵਿੱਚ ਬੋਲਣ ਲੱਗਿਆ ਸਾਨੂੰ ਬਾਬੇ ਦੀਆਂ ਗੱਲਾਂ ਤੇ ਹੋ ਗਿਆ ਤੇ ਅਸੀਂ ਹਰ ਹਫ਼ਤੇ ਬਾਬੇ ਦੇ ਕੋਲ ਜਾਂਦੇ ਅਤੇ ਉਸ ਨੂੰ ਮੂੰਹ ਮੰਗੇ ਪੈਸੇ ਦਿੰਦੇ ਪਰ ਸਹੀ ਤਾਂ ਕੁਝ ਵੀ ਨਹੀਂ ਹੋਣਾ ਸੀ ਸਭ ਕੁਝ ਉਲਟੇ ਹੀ ਹੋ ਰਿਹਾ ਸੀ ਮੇਰਾ ਲड़का ਲਗਾਤਾਰ ਉਲਟੀਆਂ ਕਰਨ ਲੱਗਾ ਤੇ ਉਹ ਤੇ ਉਹਦੇ ਅੰਦਰੋਂ ਰਾਖ ਹੀ ਨਿਕਲਨੀ ਸ਼ੁਰੂ ਹੋ ਗਈ ਅਤੇ ਆਖਿਰ ਉਹ ਮਰਨ ਕੰਢੇ ਆ ਗਿਆ ਇਹ ਸਭ ਤੋਂ ਦੁਖੀ ਹੋ ਕੇ ਇੱਕ ਦਿਨ ਮੈਂ ਗੁਰਦੁਆਰੇ ਸਾਹਿਬ ਹਰਮੰਦਰ ਸਾਹਿਬ ਚਲਾ ਗਿਆ ਉੱਥੇ ਕੀਰਤਨ ਦੀ ਹਾਜ਼ਰੀ ਭਰ ਰਿਹਾ ਰਾਗੀ ਸਿੰਘ ਮੇਰਾ ਮਿੱਤਰ ਸੀ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਸਾਡੇ ਪਰਿਵਾਰ ਦੇ ਵਿੱਚ ਅਖੰਡ ਪਾਠ ਕਰਵਾਉਣ ਵਾਸਤੇ ਕਿਹਾ ਅਖੰਡ ਪਾਠ ਆਰੰਭ ਹੋਇਆ ਮੇਰੇ ਲੜਕੇ ਤੇ ਬਾਕੀ ਸਾਰੇ ਪਰਿਵਾਰ ਬਾਣੀ ਸੁਣ ਰਹੇ ਸੀ ਦੂਸਰੇ ਦਿਨ ਦੀ ਰਾਤ ਵੇਲੇ ਦੀ ਗੱਲ ਹੈ ਮੇਰਾ ਸਾਰਾ ਪਰਿਵਾਰ ਬਾਣੀ ਸੁਣ ਰਿਹਾ ਸੀ ਤੇ ਮੇਰਾ ਲੜਕਾ ਸੈਚ ਅਚਾਨਕ ਤੜਫਣ ਲੱਗ ਗਿਆ ਅਤੇ ਉਥੇ ਉਲਟੀਆਂ ਕਰਨ ਲੱਗ ਗਿਆ ਤੇ ਜਿਸ ਤੋਂ ਬਾਅਦ ਫਿਰ ਇੱਕਦਮ ਸ਼ਾਂਤ ਹੋ ਗਿਆ ਅਗਲੇ ਦਿਨ ਭੋਗ ਪਾਉਣ ਤੇ ਉਪਰੰਤ ਕੀਰਤਨ ਵੇਲੇ ਬਹੁਤ ਭਿਆਨਕ ਆਵਾਜ਼ਾਂ ਸਾਡੇ ਘਰ ਦੇ ਵਿੱਚੋਂ ਆ ਰਹੀਆਂ ਸੀ ਤੇ ਫਿਰ ਸਭ ਕੁਝ ਸ਼ਾਂਤ ਹੋ ਗਿਆ ਉਸ ਦਿਨ ਨੂੰ ਅੱਜ ਵੀ ਪੂਰੇ ਤਿੰਨ ਨੇ ਹੋ ਗਏ ਮੇਰਾ ਲੜਕਾ ਬਿਲਕੁਲ ਠੀਕ ਹੈ ਤੇ ਮੇਰੇ ਨਾਲ ਹੀ ਦੁਕਾਨ ਦੇ ਉਤੇ ਜਾਂਦਾ ਹੈ ਅਸਲ ਦੇ ਵਿੱਚ ਮੇਰਾ ਲੜਕਾ ਨਸ਼ੇ ਕਰਦਾ ਸੀ ਤੇ ਆਪਾਂ ਉਸ ਦਾ ਇਲਾਜ ਕਰਵਾ ਸਕਦੇ ਸੀ ਪਰ ਆਪਾਂ ਕਾਲੀ ਕਰਕੇ ਤੰਤਰਿਕ ਦੇ ਚੱਕਰਾਂ ਦੇ ਵਿੱਚ ਪੈ ਗਏ ਤੰਤਰਿਕ ਨੇ ਪੈਸੇ ਦੇ ਖਾਤਰ ਕਾਲਾ ਇਲਮ ਕਰਕੇ ਕੋਈ ਸ਼ੈ ਸਾਡੇ ਘਰ ਦੇ ਵਿੱਚ ਪਾ ਦਿੱਤੀ ਜਿਸ ਨੇ ਇਹ ਸਭ ਕੁਝ ਕੀਤਾ ਹੈ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਆਪਾਂ ਆਪਣੇ ਚੰਗੇ ਭਲੇ ਲੜਕੇ ਨੂੰ ਬਾਬਿਆਂ ਦੇ ਕੋਲ ਠੀਕ ਕਰਵਾਉਣ ਵਾਸਤੇ ਨਹੀਂ ਸਗੋਂ ਆਪਣੇ ਪਿੱਛੇ ਜਿੰਨ ਪੁਆਣ ਤੇ ਚਲੇ ਗਏ ਸੀ ਜੋ ਕਿ ਸਾਡੀ ਹੀ ਸਭ ਤੋਂ ਵੱਡੀ ਗਲਤੀ ਹੈ ਤੇ ਆਖਰ ਦੇ ਵਿੱਚ ਬਾਣੀ ਨੇ ਹੀ ਸਾਡਾ ਸਾਥ ਦਿੱਤਾ ਮੈਨੂੰ ਪਤਾ ਹੈ ਕਿ ਕਿਸੇ ਨੇ ਇਸ ਘਟਨਾ ਉਤੇ ਯਕੀਨ ਨਹੀਂ ਕਰਨਾ ਪਰ ਜੋ ਮੇਰੇ ਤੇ ਮੇਰੇ ਪਰਿਵਾਰ ਦੇ ਨਾਲ ਹੋਇਆ ਹੈ ਉਹ ਮੇਰਾ ਪਰਿਵਾਰ ਹੀ ਜਾਣਦਾ ਹੈ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਹਨਾਂ ਤੰਤ੍ਰਿਕ ਗਰੰਟੀ ਵਾਲੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਨਾ ਪਵੋ ਇਹ ਸਿਰਫ ਕੰਮ ਵਿਗਾੜਦੇ ਨੇ ਜੋ ਕਿ ਬਹੁਤ ਆਸਾਨ ਹੈ ਪਰ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਬਾਣੀ ਦਾ ਸਹਾਰਾ ਲਵੋ ਕਿਤੇ ਕਾਲੀ ਕਰਕੇ ਸਾਡੇ ਪਰਿਵਾਰ ਵਾਂਗ ਹੀ ਖੁਦ ਹੀ ਆਪਣੇ ਘਰ ਦੇ ਵਿੱਚ ਜੀਨਨ ਸੋ ਸਾਥ ਸੰਗਤ ਜੀ ਵੀਡੀਓ ਨੂੰ ਲਾਈਕ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ